ਉਹ ਬੰਦ ਹੁੰਦੇ ਆ ਦੋ ਢਾਈ ਸੌ ਵੱਜ ਜਾਂਦਾ ਜੀ ਬੰਦੇ ਉਹ ਭਜਾਉਂਦਾ ਜੀ ਕਿੱਦਾਂ ਜਾਂਦੇ ਸਰੀਕਾ ਜੀ ਸਾਰਿਆਂ ਨੂੰ ਲੈ ਵੀ ਮਿੱਤਰਾ ਅੱਜ ਦੇ ਦਿਨ ਤੇ ਅੱਜ ਦੇ ਵਲੌਗ ਦੀ ਕਰਤੀ ਸ਼ੁਰੂਆਤ ਤੇ ਮੈਂ ਕਮੈਂਟ ਪੜ੍ਹ ਕੇ ਫਿਰ ਸ਼ੁਰੂਆਤ ਕਰਾਂ ਤੁਹਾਨੂੰ ਪਤਾ ਤੇ ਹੁਣੇ ਮੇਰੇ ਲਾਗੇ ਬਾਬਾ ਬੋੜ ਆ ਕੇ ਬੈਠਾ ਸੀ ਬਾਬਾ ਬੋੜ ਇਹਨੇ ਠਾਇਆ ਮੈਨੂੰ ਠਾਇਆ ਮੈਂ ਉੱਠਿਆ ਤਾਂ ਹੈਗਾ ਮੈਂ ਆ ਕੇ ਫਿਰ ਰਜਾਈ 'ਚ ਵੜ ਗਿਆ ਅਤੇ ਇਹ ਜਦੋਂ ਆਇਆ ਫਿਰ ਤਾਂ ਮੈਂ ਚਲੋ ਉੱਠ ਕੇ ਚੱਲਦੇ ਬਾਹਰ ਨਾਲੇ ਵਲੌਗ ਸ਼ੁਰੂ ਕਰ ਲੈਂਦੇ ਹਾਂ ਅਤੇ ਗੱਲ ਇੱਦਾਂ ਵਾ ਕਮੈਂਟ ਪੜ੍ਹਨਾ ਕਹਿੰਦੇ ਬਾਈ ਜੇ ਪੋਜ਼ਟਿਵ ਰਹਿਣਾ ਹੋਵੇ ਬੰਦੇ ਨੇ ਪੋਜ਼ਟਿਵਿਟੀ ਤੇਰੇ ਵਲੌਗਾਂ 'ਤੇ ਮਿਲਦੀ ਮੈਨੂੰ ਨਹੀਂ ਪਤਾ ਜਨ ਮੇਰੀ ਇਹ ਤੁਹਾਨੂੰ ਵਲੌਗਾਂ 'ਚ ਕੀ ਲੱਭ ਜਾਂਦਾ ਹੈ ਨਾ ਪੋਜ਼ਟਿਵ ਪਰ ਇਹ ਆ ਕਿ ਅਸੀਂ ਜੋ ਕੁਛ ਕਰਦੇ ਹਾਂ ਉਹ ਕੁਛ ਵਿੱਚ ਬਣਾ ਕੇ ਪਾ ਦਈਦਾ ਤੁਹਾਨੂੰ ਚੰਗਾ ਲੱਗਦਾ ਤਾਂ ਅਸੀਂ ਫਿਰ ਬਣਾਈ ਜਾਂਦੇ ਹੈ ਨਾ ਅਤੇ ਹੁਣ ਤੁਸੀਂ ਇਹ ਸੋਚੋ ਕਿ ਮੇਰੇ ਚਿਹਰੇ 'ਤੇ ਜਿੰਨੀ ਰੌਣਕ ਹੈ ਜਿੰਨਾ ਮੈਂ ਖੁਸ਼ ਹਾਂ ਕਿੰਨੇ ਸੋਹਣੇ ਸੋਹਣੇ ਕਮੈਂਟ ਪੜ੍ਹੇ ਹੋਣਗੇ ਸੋਚ ਕੇ ਵੇਖੋ ਮਾੜਾ ਜਿਹਾ ਹੈ ਜੇ ਮੈਂ ਐਂਡੀ ਹੋਇਆ ਨਹੀਂ ਸੱਚੀ ਗੁਰੂ ਆ ਬਾਬਾ ਸੌਂ ਲੱਗੇ ਮਿੱਤਰੋ ਚਲੋ ਤਾਂ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਬਲੌਗਾਂ ਵਿੱਚੋਂ ਕਿਹੜੀ ਚੀਜ਼ ਚੰਗੀ ਲੱਗਦੀ ਹੈ ਨਾ ਅਸੀਂ ਤਾਂ ਕਾਫੀ ਕੁਛ ਪਾ ਦਿੰਦੇ ਹਾਂ ਹਾਸਾ ਮਜ਼ਾਕ ਵੀ ਗੱਲਾਂ ਗੁੱਲਾਂ ਵੀ ਕੀਤੀਆਂ ਹੁੰਦੀਆਂ ਵਿੱਚ ਹੈ ਨਾ ਤੁਰ ਫਿਰ ਵੀ ਲਈਦਾ ਜਿਮ ਜੁੰਮ ਜੋ ਕੁਛ ਕਰੀਦਾ ਫੜ ਕੇ ਸਾਰਾ ਘਾਜਾ ਭਾਜਾ ਬਣਾ ਕੇ ਵਿੱਚ ਪਾ ਲਈਦਾ ਹੈ ਨਾ ਕਿ ਜੋ ਕੁਛ ਸਾਧਨ ਕਰਨ ਦਾ ਅਤੇ ਉਹ ਤੁਹਾਨੂੰ ਵਧੀਆ ਲੱਗਦਾ ਰੱਬ ਜਾਣੇ ਹੈ ਨਾ ਅਤੇ ਜਦੋਂ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਜੇ ਪਰ ਜਦੋਂ ਮੈਂ ਕਮੈਂਟ ਪੜ੍ਹਦਾ ਨਾ ਭਾਵੇਂ 200 400 500 ਜਿੰਨਾ ਹੋਵੇ 1000 ਕਮੈਂਟ ਆਇਆ ਹੋਵੇ 1000 ਵੀ 2000 ਤਾਂ ਵੀ ਮੈਂ ਸਾਰਾ ਪੜ੍ਹ ਕੇ ਉਹਨੂੰ ਲਾਈਕ ਕਰਦਾ ਕਿ ਜਿਹੜੇ ਭਰਾ ਇਸ ਚੀਜ਼ 'ਤੇ ਮਿਹਨਤ ਕਰਦੇ ਹੈ ਨਾ ਮਿਹਨਤ ਹੀ ਹੁੰਦੀ ਯਾਰ ਹੁਣ ਐੱਲ ਈ ਡੀ 'ਤੇ ਵਲੌਗ ਲਾਇਆ ਹੋਵੇ ਤਾਂ ਕਮੈਂਟ ਕਰਨਾ ਔਖਾ ਹੀ ਹੈ ਨਾ ਜਿਹੜੇ ਭਰਾ ਫੋਨ 'ਚ ਵਹਿੰਦੇ ਵੈਸੇ ਫੋਨ 'ਚ ਵੇਖਿਆ ਕਰੋ ਐੱਲ ਈ ਡੀ ਦਾ ਕਰੋ ਕੰਮ ਬੰਦ ਬੰਦੇ ਬੰਦੇ ਥੋੜ੍ਹਾ ਜਿਹਾ ਨਾ ਖਰਾਬ ਹੋਇਆ ਕੋਈ ਗੱਲਾਂ ਗੁੱਲਾਂ ਹੋਈਆਂ ਕਰਦੇ ਮੈਨੂੰ ਵੀ ਕਿਹੜਾ ਕੱਟਣ ਦਾ ਵਿੱਚ ਚੇਤਾ ਭੁੱਲ ਜਾਂਦਾ ਕੱਲ੍ਹ ਕਿ ਪਰਸੋਂ ਵਾਲੀ ਗੱਲ ਮੈਂ ਸਰਪੰਚ ਨੂੰ ਕੁਝ ਕਹਿਣ ਡਿਆ ਨੋਟ ਵਾਲੀ ਗੱਲ ਤੋਂ ਅਤੇ ਉਹ ਗੱਲ ਸਿੱਧੀ ਵਿੱਚ ਪੈ ਗਈ ਮੈਂ ਕਮੈਂਟ ਪੜ੍ਹ ਕੇ ਚੇਤਾ ਆਇਆ ਕਿ ਉਹ ਗੱਲ ਦੇ ਵਿੱਚ ਰਹਿ ਗਈ ਹੈ ਨਾ ਉਹ ਕੱਟਣੀ ਸੀ ਚਲੋ ਹੈਗੀ ਤਾਂ ਫਿਰ ਨੋਰਮਲ ਸੀ ਪਰ ਫਿਰ ਵੀ ਕਈ ਉਸ ਚੀਜ਼ ਨੂੰ ਵੀ ਹੋ ਆ ਹੀ ਕਹਿਤਾ ਹੈ ਆਪਣੇ ਲੱਗੀਆਂ ਚੀਜ਼ਾਂ ਸਾਰੀਆਂ ਸੋ ਮੇਰੀ ਜਾਨ ਉੱਠਦੇ ਹਾਂ ਗੈਂਗ ਮੈਂ ਸਾਰੇ ਨੂੰ ਫੋਨ ਕਰ ਲਿਆ ਵਾ ਮੈਂ ਕਿਹਾ ਉਹ ਬਈ ਸਰਪੰਚ ਨਹੀਂ ਪਿੰਡ ਪਹੁੰਚੇ ਰਾਤ ਦੇ ਹੈ ਸਰਪੰਚ ਵੀ ਘਰ ਥੋੜ੍ਹੀ ਸੌਂਦਾ ਲੱਤ ਦੀ ਵੀ ਘਰ ਟਿਕਦੀ ਨਹੀਂ ਆ ਉਹ ਵੀ ਸਾਰੇ ਪਿੰਡ ਆ ਅਤੇ ਬਾਬਾ ਮੇਰੇ ਕੋਲ ਆਇਆ ਦੋ ਜੀ ਸਾਡਾ ਹੈ ਭਰਾ ਬਾਬਾ ਕਹਿਣ ਡਿਆ ਕੱਪੜੇ ਲਿਆ ਕੇ ਦਿਓ ਮੈਨੂੰ ਘੈਂਟ 'ਚ ਮੈਂ ਟੈਨਸ਼ਨ ਨਾ ਲਿਆ ਤੈਨੂੰ ਇਹਨੂੰ ਵਿਆਹ ਖਾਣਾ ਆਪਾਂ ਵਿਆਹ ਤਾਂ ਚਿੱਲ ਕਰਾਉਣਾ ਬਾਬੇ ਨੂੰ ਅਤੇ ਕਹਿੰਦਾ ਵਿਆਹ 'ਤੇ ਕੱਪੜੇ ਮੈਨੂੰ ਚਾਹੀਦੇ ਤੁਹਾਡੇ ਵਰਗੇ ਐਂਡ 'ਚ ਮੈਂ ਆਪਣੇ ਨੂੰ ਮਾਸਾ ਵਧੀਆ ਲਿਆ ਕੇ ਦੇਵਾਂਗਾ ਤੈਨੂੰ ਟੈਨਸ਼ਨ ਨਾ ਲੈ ਨੰਬਰ ਪੁੱਛ ਲਿਆ ਮੈਂ ਚਾਹੀਦਾ ਬਾਬੇ ਦਾ ਹੈ ਇਹ ਤਾਂ ਗੁਰੂਆ ਲੱਕੀ ਡਰਾਈਵਰ ਲਈ ਫਿਰਦਾ ਬਾਬਾ 38 ਕਵਰ ਉਹਦੀ ਭੈਣ ਉਮਰ ਕਿੰਨੀ ਆ ਭੰਗੜਾ ਜਦੋਂ ਪਾਇਆ ਸੀ ਦੂਜੇ ਦੋ ਜਾਣੇ ਆ ਉਹ ਵੀ ਉੱਥੇ ਬਹਿ ਕਾਊਂਟਰ ਤੇ ਵਲੌਗ ਵੇਖਣ ਡੇ ਤੇ ਮੈਂ ਜਿੰਮ ਲਾਉਣੇ ਮੇਰਾ ਮਨ ਨਹੀਂ ਕੀਤਾ ਮੈਂ ਵੀ ਔਖੇ ਸੌਖੇ ਏਸੇ ਲਾ ਕੇ ਨਿਕਲ ਆਇਆ ਇੱਕ ਠੰਡ ਬੜੀ ਹੁੰਦੀ ਯਾਰ ਬਸ ਦਿਨ ਜਦੋਂ ਪਿੱਗਰ 'ਚ ਗਏ ਨਾ ਫਿਰ ਸੈਰ ਸੂਰ ਵਾਲਾ ਕੰਮ ਸ਼ੁਰੂ ਕਰਾਂਗੇ ਫਿਰ ਕਰਾਵਾਂਗੇ ਥੋੜ੍ਹੀਆਂ ਕਾਹਨੂੰ ਗੱਲਾਂ ਹੋਰ ਜ਼ਿਆਦੀਆਂ ਹੈ ਚੱਲੀ ਬਾਬਾ ਪਰ ਤੇਰਾ ਹੁੰਦਾ ਉਹ ਜਿੱਦਾਂ ਤੇਰਾ ਤੇਰਾ ਹੋਊਗਾ ਨਾ ਤੇਰੇ ਲਾਗੇ ਬੰਨੇ ਲੋਕ ਜਦੋਂ ਸੜਨਗੇ ਸੜਨਗੇ ਸਭ ਤੋਂ ਵਧੀਆ ਇੱਕ ਗੱਲ ਦੱਸਦਾ ਹੁਣ ਮੈਨੂੰ ਕੀ ਕਹਿੰਦੇ ਤੂੰ ਬਾਈ ਬਾਹਲਾ ਖੁਸ਼ ਰਹਿੰਦਾ ਹੈ ਨਾ ਕੀ ਚੱਕਰ ਹੈ ਇੱਦਾਂ ਕੀ ਰਾਜ ਕੀ ਹੈ ਜਾਣ ਮੇਰੀ ਇਹ ਆਪਾਂ ਦੂਜੇ ਤੋਂ ਸੜਦੇ ਨਹੀਂ ਹਾਂ
ਜੇ ਆਪਾਂ ਕਿਤੋਂ ਸੜਦੇ ਨਹੀਂ ਤਾਂ ਰੱਬ ਆਪਾਂ ਨੂੰ ਖੁਸ਼ ਰੱਖਦਾ। ਪਰਮਾਤਮਾ ਤਾਂ ਵਹਿੰਦਾ ਹੀ ਹੈ ਨਾ, ਕਿਸੇ ਦੀ ਤਰੱਕੀ ਤੋਂ ਕਦੀ ਵੀ ਸੜੋ ਨਾ। ਜੇ ਕਿਸੇ ਦਾ ਨੁਕਸਾਨ ਹੋਇਆ ਨਾ, ਕਦੀ ਉਹ ਖੁਸ਼ ਨਾ ਹੋ। ਜੇ ਕਿਸੇ ਨਾਲ ਮਾੜੀ ਹੋਈ ਨਾ, ਕਦੀ ਖੁਸ਼ ਨਾ ਹੋ ਯਾਰ। ਭਾਵੇਂ ਤੁਹਾਡਾ ਦੁਸ਼ਮਣ ਵੀ ਹੋਵੇ ਨਾ, ਉਹਦਾ ਵੀ ਹਮਦਰਦ ਬਣੋ ਯਾਰ। ਫਿਰ ਕਿਹੜੀ ਗੱਲ, ਦੁਸ਼ਮਣ ਕੌਣ ਹੈ ਯਾਰ? ਆਪਾਂ ਇਨਸਾਨ ਆ ਸਾਰੇ। ਮੈਂ ਆਪਣਾ ਦੁਸ਼ਮਣ ਕਿਸੇ ਨੂੰ ਨਹੀਂ ਮੰਨਦਾ, ਭਾਵੇਂ ਮੇਰੇ ਨਾਲ ਕਿਸੇ ਚੰਗੀ ਕੀਤੀ ਮਾੜੀ ਕੀਤੀ ਆ। ਜੇ ਕਿ ਉਹ ਬੰਦੇ ਨੂੰ ਫਿਰ ਕਿਤੇ ਦੁੱਖ ਤਕਲੀਫ ਹੋਵੇ ਨਾ, ਅਤੇ ਜੇ ਕਿਤੇ ਮੰਨ ਲਾ ਆਪਾਂ ਨੈੱਟ 'ਤੇ ਵੀ, ਆਪਾਂ ਨਹੀਂ ਵੀ ਬੋਲਦੇ, ਨੈੱਟ 'ਤੇ ਵੀ ਕੋਈ ਚੀਜ਼ ਉਹਦੀ ਦਿਖ ਪੈਂਦੀ ਆ ਜਾਂ ਉਹਦੇ ਖਿਲਾਫ਼ ਕੋਈ ਨੈਗੇਟਿਵਿਟੀ ਫੈਲਾਉਣ ਡਿਆ, ਫਿਰ ਮਹਾਰਾਜ ਅਕਾਲੀ ਅਰਦਾਸ ਕਰੀ ਸੱਚੇ ਪਾਤਸ਼ਾਹ ਮਿਹਰ ਕਰੀ ਯਾਰ, ਉਹ ਵੀ ਕਿਸੇ ਮਾਂ ਦਾ ਪੁੱਤ ਆ, ਹੈ ਨਾ ਬੰਦਾ ਹੀ ਆ। ਕਦੀ ਵੀ ਕਿਸੇ 'ਤੇ ਯਾਰ, ਮਤਲਬ ਕਿ ਤੁਸੀਂ ਆਪਣੇ ਵੱਲੋਂ ਕਦੀ ਵੀ ਕਿਸੇ ਨੂੰ ਮਾੜਾ ਨਹੀਂ ਕਹਿਣਾ, ਨਾ ਕਿਸੇ ਬਾਰੇ ਮਾੜਾ ਸੋਚਣਾ, ਤੁਹਾਡਾ ਕਦੀ ਨਹੀਂ ਮਾੜਾ ਹੋਊਗਾ, ਹੈ ਨਾ। ਜੇ ਤੁਹਾਡਾ ਮਾੜਾ ਹੋਊਗਾ ਵੀ ਨਾ, ਰੱਬ ਤੁਹਾਡੇ ਉਸ ਮਾੜੇ ਪਿੱਛੇ ਵੀ ਚੰਗਾ ਕਰਾਊਗਾ। ਅਤੇ ਇਹ ਮੇਰੀਆਂ ਵਰਤਾਈਆਂ ਹੋਈਆਂ ਚੀਜ਼ਾਂ ਵਾ, ਲੱਖ ਦੁਨੀਆ ਜ਼ੋਰ ਲਾ ਲਏ, ਰੱਬ ਤੋਂ ਵੱਡਾ ਤਾਂ ਨਹੀਂ ਕੋਈ ਹੈਗਾ। ਇਨਸਾਨ ਆ ਯਾਰ, ਆਪਾਂ ਇਨਸਾਨ 'ਚ ਕੀ ਹੁੰਦਾ, ਕੁਛ ਵੀ ਨਹੀਂ ਹੈਗਾ, ਇੱਕ ਬਲੁਬਲੇ ਜੇ ਆ। ਆਪਾਂ ਕਿਸੇ ਨਾਲ ਕਹਿ ਨਹੀਂ ਦਿੰਦੇ, ਅੱਜ ਕੱਲ੍ਹ ਨੈੱਟ 'ਤੇ ਕਿੰਨਾ ਕੁਛ ਚੱਲਣ ਡਿਆ, ਕਹਿ ਦਿੰਦੇ ਆ ਕਰ ਦਾਂਗੇ, ਜਿਉਂ ਕਰਦਾ, ਕਿ ਦੂਜੇ ਨੂੰ ਆਮ ਹੀ ਬੋਲ ਬੋਲ ਕੇ ਵੀਡੀਓ ਪਾਉਣ ਦਿੰਦੇ ਆ। ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਭੈਣ ਚੋਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਕੁੜੀ ਆਵੇ ਉਹ, ਹੈ ਨਾ। ਤਾਂ ਕਰਕੇ ਕਿਹੜੀ ਚੀਜ਼ਾਂ ਮਾਣ ਕੱਚ ਕੀ, ਫਿਰ ਦੇ ਲਿਆ ਟੱਕ ਟੱਕ ਕਰਨ ਡਿਆ, ਜਦੋਂ ਟੱਕ ਟੱਕ ਨੇ ਬੰਦ ਕਰ ਦਿੱਤੀ, ਚਲੋ ਵੀ ਸਤਿ ਸ਼੍ਰੀ ਅਕਾਲ, ਭੋਗ ਪਾ ਕੇ ਘਰਦਿਆਂ ਭੁੱਲ ਜਾਣਾ। ਮੈਂ ਕਹਿੰਦਾ ਨਾ ਯਾਦ ਕਰੋ, ਕੁੜੀ ਭੂਤ ਬਣ ਜਾਊਗਾ, ਤੰਗ ਕਰੂਗਾ ਜੀ। ਸੋ ਮੇਰੀ ਜਾਨ, ਚੰਗਾ ਸੋਚੋ, ਚੰਗਾ ਖਾਓ ਪੀਓ, ਹੈ ਨਾ, ਅਤੇ ਖੁਸ਼ ਰਹੋ, ਅਤੇ ਕਿਸੇ ਦੀ ਖੁਸ਼ੀ 'ਤੇ ਖੁਸ਼ ਹੋਵੋਗੇ ਤਾਂ ਤੁਹਾਨੂੰ ਰੱਬ ਵੀ ਤੁਹਾਨੂੰ ਵੀ ਖੁਸ਼ ਕਰੂਗਾ। ਸੋ ਮੇਰੀ ਜਾਨ, ਚਿੱਲ ਕਰਿਆ ਕਰੋ, ਹੈ ਪੋਜ਼ਿਟਿਵ ਸਹੀ ਰਿਹਾ ਜਾਣਾ ਵਾ, ਜੇ ਹਰ ਗੱਲ ਚੰਗਾ ਸੋਚੋਗੇ ਤਾਂ। ਠੀਕ ਆ, ਸ਼ੁਰੂ ਹੋ ਗਏ ਬੰਦੇ, ਤੁਸੀਂ ਆਉਂਦੇ ਚੜ੍ਹ ਕੇ ਜਿਹੜੇ ਉਹਨੇ ਨੀ ਅੱਧਾ ਬੈਠਾ ਪਾਪਾ ਮੇਰੇ ਗੱਲਾਂ ਬਾਤਾਂ ਸੁਣ ਡਿਆ, ਗੋਰੀ ਦੀ ਗੱਲ ਬੜੀ ਬੁਰੀ ਆ ਜਾਣਾ, ਗੋਰੀ ਸਾਲ ਰਾਤੀ ਆਪਣੇ ਬਲੌਗ ਵੇਖੀ ਜਾਣਾ। ਆਹੋ ਜਿਮ ਚ ਬੈਠੇ ਗੁਰੂਆ ਬੋਲ ਛੋਟੀਆਂ ਲਾਡੀ ਠੀਕ ਠਾਕ ਆ? ਕਿਉਂ, ਕੀ ਗੱਲ ਹੋਈ ਆ? ਸੱਚੀ ਸੱਚੀ ਕੰਮ ਖਰਾਬ ਹੋਇਆ? ਸੱਚੀ ਤੇ ਭਾਈ ਤਵੇ ਤੇ ਸਾਨੂੰ ਤੇ ਕੁਛ ਨਹੀਂ ਹੋਇਆ ਗੁਰੂਆ। ਹਾਂਜੀ ਸਾਨੂੰ ਤੇ ਕੁਛ ਨਹੀਂ ਹੋਇਆ ਭਾਈ, ਸਾਡਾ ਜਿਹੜਾ ਬੁਰਾ ਹਾਲ ਹੋਇਆ ਨਾ ਪੰਜਾਂ ਚੋਹਾਂ ਜਣਿਆਂ ਦਾ, ਸਾਨੂੰ ਵੀ ਪਤਾ ਵਾ। ਸਾਨੂੰ ਤੇ ਹਿਸਾਬ ਲਾ ਲਓ ਵੀ ਮੂੰਹ ਨਹੀਂ ਧੋਤਾ ਗਿਆ, ਇੱਦਾਂ ਜਾ ਕੇ ਡਿੱਗਿਆ। ਮੈਂ ਤੇ 12 ਵਜੇ ਰੋਟੀ ਖਾਧੀ ਰਾਤ ਰੁਕ ਕੇ, ਉਧਰ ਸਾਡੇ ਗੋਰੀ ਦਾ ਦੂਜੇ ਦਾ ਹੋਇਆ ਜਿਹਦਾ। ਉਹ ਬੱਲੇ ਕਾਲੇ ਕਿੱਦਾਂ ਕੀ ਪ੍ਰੋਗਰਾਮ ਸੀ? ਵਧੀਆ ਰਿਹਾ ਤੂੰ? ਕਾਲਾ ਟੈਂਕ ਆ ਨਾ, ਤੈਨੂੰ ਪਤਾ ਬੜ ਭਾਟੇ ਪਏ ਕਾਲੇ ਦੇ। ਲੈ ਵੀ ਰਿਵਿਊ ਲੈਣ ਡੇ ਬੰਦਿਆਂ ਦੇ, ਮੈਂ ਰਗੜੇ ਤੋਂ ਬਾਅਦ ਕੀ ਭੋਲ ਬਣਿਆ ਰਿਹਾ ਹੈ ਯਾਰ। ਸਰਪੰਚ ਨਾਲ ਕੁਛ ਨਹੀਂ ਆਇਆ, ਭੈਣ ਸਰਪੰਚ ਨੂੰ ਬੰਦੇ ਨੂੰ ਇਹਨਾਂ ਨੇ ਤਾਂ ਪੂਰਾ ਪੂਰਾ ਪੀਤਾ। ਦੂਜੀ ਡਿਆ ਨਾ, ਉਹ ਕਰੀ ਜਾਂਦਾ, ਉਹ ਕੀ ਕਰਨ ਡਿਆ? ਲੈ ਇਹਦੀ ਕੀ ਲੋੜ ਆ? ਅਸੀਂ ਨੀ ਭਰਾਵਾ ਲੋੜ ਸਾਨੂੰ, ਪਾਵੇ
ਚੰਗੇ ਪਲੇਆਊਟ ਸਿਖਾਣੇ ਦੂਰ ਹੈ ਵੀਰ ਜੀ ਬਿਲਕੁਲ ਹੀ ਨਹੀਂ ਵੀਰ ਅਸੀਂ ਸਾਡੀ ਕੋਈ ਗੈਂਗ ਨੀ ਤੇਜ਼ ਨਾ ਸਾਡੀ ਨਾ ਇਹਨਾਂ ਕੈਮਰਾ ਸਾਡੀ ਕੋਈ ਗੈਂਗ ਹੈਗੀ ਆ ਸਾਲਿਆ ਅੱਧੇ ਮਿੰਟ ਤੋਂ ਪਹਿਲਾਂ ਪਰਚਾ ਹੁੰਦਾ ਜੀ ਇਹ ਤੂੰ ਆਪਣਾ ਲੈ ਕੇ ਅਸੀਂ ਨੀ ਰੱਖਿਆ ਵੀਰ ਲੈ ਮਿੱਤਰੋ ਔਰਸ ਤਿਆਰ ਜੇ ਆਪਣੀ ਹੈਗਾ ਭਾਵੇਂ ਐਤਵਾਰ ਆ ਬਸ ਡਾਇਟ ਨੀ ਛੱਡੋ ਨੀ ਮਿਲਣਾ ਮਸਾਲਾ ਆਉਣਾ ਤੇ ਤੂੰ ਬਿਨਾਂ ਚਾਹ ਪੀਂਦਾ ਨਜ਼ਾਰਾ ਨੀ ਆਉਂਦਾ ਤੇ ਨੀ ਲਾਚੀ ਆਣੀ ਉਹ ਚੱਲਦੇ ਆਪਾਂ ਗੱਡੀ ਕਰ ਸਟਾਰਟ ਨਾਲੇ ਤੇਲ ਪਾਉਣਾ ਤੇ ਚਾਹ ਪਈ ਚਾਬੀ ਨਾਲੇ ਤੇਲ ਪਵਾ ਲਿਆਉਂਦੇ ਆ ਤੇ ਨਾਲੇ ਮਸਾਲਿਓ ਮਸਾਲਿਓ ਹੋ ਜਾਂਦਾ ਕੰਮ ਫਿਰ ਬਾਬਾ ਉਹਦਾ ਚਾਹ ਪੀਂਦਾ ਮਜ਼ਾ ਨੀ ਆਉਂਦਾ ਮਜ਼ੇ ਲੈਣਾ ਤੂੰ ਦੱਸਦੀ ਬਾਪੂ ਨੇ ਗੁੱਸੇ ਹੋਏ ਤੇ ਇਹਨੇ ਮਜ਼ੇ ਨਾ ਆ ਮੈਂ ਲਾਡੀ ਹਣੀ ਨੱਪੀ ਉਹਦੇ ਨਾਲ ਕਿੱਲੀ ਮੇਰੀ ਚੰਗੀ ਅੱਗ ਫੜਾਈ ਜਾ ਤਾ ਆਹਾ ਹਜੇ ਤੱਕ ਨਹੀਂ ਸੱਟ ਆਉਣ ਡਿਆ ਮਾਰਾ ਮੈਨੂੰ ਆਂਦੀ ਅੱਗ ਡਾ ਦੇ ਹਾਂ ਦਵਾਈ ਨਾ ਸੀ ਮਾਮਾ ਬੰਦਾ ਅੱਧਾ ਰਹੇ ਨਹੀਂ ਮੈਂ ਚੰਡੀਗੜ੍ਹ ਚੱਲ ਜਾ ਰੱਸਾ ਪਵੇ ਨਾ ਤੇ ਭੈਣ ਜਿੰਨੇ ਨਹੀਂ ਨਹੀਂ ਕਿੰਨੇ ਬੰਦੇ ਆ ਬੀਤੇ ਟੋਟਲ ਅੱਠ ਤੁਸੀਂ ਜੇ ਦੋ ਆ ਦਸ ਮਹਾਂਵੀਰ ਗੋਰਾ ਮੰਨੀ ਪੰਦਰਾਂ ਬੰਦੇ ਸੱਤ ਸੱਤ ਬੰਦੇ ਹੋਣਗੇ ਉਹ ਆਪਾਂ ਬੰਦੇ ਵੇਖ ਲਾਂਗੇ ਨਾ ਬਰਾਬਰ ਜਿਹਦੇ ਕਰਕੇ ਨਾਮ ਪੰਜ ਰੱਖ ਦਾਂਗੇ ਪੰਜ ਪੰਜ ਰਾਊਂਡ ਖੇਡਾਂਗੇ ਪੰਜਾਂ ਜਿਹੜਾ ਤਿੰਨ ਲੈ ਗਿਆ ਪੰਜ ਹਜ਼ਾਰ ਰੁਪਏ ਦੇ ਖਾਤੇ 'ਚ ਉਹ ਟੀਮ ਨੂੰ ਪੰਜ ਹਜ਼ਾਰ ਦੇ ਦਾਂਗੇ ਨਾ ਮੈਂ ਰੈਫਰੀ ਹੋਊਗਾ ਮੈਂ ਕਿਸੇ ਪਾਸੇ ਨਹੀਂ ਆਊਗਾ ਨਾ ਮੈਂ ਕਿਸੇ ਪਾਸੇ ਨਹੀਂ ਤੁਹਾਡਾ ਮੈਚ ਕਰਾਉਣਾ ਵਾ ਜਿਹੜੇ ਇਹ ਬੰਦੇ ਹੋਣਗੇ ਵਿੱਚ ਵੰਡ ਲਾਂਗੇ ਨਾ ਬਰਾਬਰ ਦੇ ਬੰਦੇ ਕਰਕੇ ਅੱਜ ਹੀ ਸ਼ਾਮ ਹੋਣ ਨਹੀਂ ਤੇ ਫਿਰ ਕੱਲ ਨੂੰ ਅੱਜ ਵਿਹਲੇ ਆ ਅੱਜ ਕੀ ਕੋਈ ਨੀ ਕੱਲ ਆ ਜਾਵਾਂਗੇ ਨਹੀਂ ਅੱਜ ਦੱਸੋ ਖੇਡਣਾ ਮੈਚ ਖੇਡੀ ਅੱਜ ਫਿਰ ਸ਼ਾਮਾਂ ਨੂੰ ਹੈ ਬੀਤੇ ਨਹੀਂ ਨਾ ਨਾਮ ਸੱਚੀ ਵਿੱਚ ਰੱਖਾਂਗੇ ਜਿਹੜੇ ਮਤਲਬ ਜਿਹੜੇ ਬੰਦੇ ਸੱਤ ਅੱਠ ਹੋਣਗੇ ਉਹ ਉਹਨਾਂ ਆਪਸ ਵੰਡ ਲੈਣਗੇ ਆਪਾਂ ਪੰਜ ਹਜ਼ਾਰ ਰੁਪਏ ਨਾਮ ਰੱਖ ਦੇਣਾ ਸਾਈਡ ਤੇ ਠੀਕ ਹੈ ਠੀਕ ਹੈ ਬੀਤੇ ਸ਼ਾਮਾਂ ਨੂੰ ਤਿਆਰ ਰਹੋ ਫਿਰ ਅੱਜ ਉਹਦੀ ਸੁਣ ਲਓ ਹਾਂ ਬਾਬੂ ਉਹ ਤਾਂ ਆਪਣੀ ਬਾਤ ਦੀ ਗੱਲ ਹੈ ਨਾ ਤੂੰ ਮੇਰੇ ਕੋਲ ਰੈਫਰੀ ਬੰਨਾ ਕੀ ਕਰਨਾ ਦੱਸ ਦੇ ਮੈਨੂੰ ਜਿਹੜਾ ਠੀਕ ਹੈ ਸ਼ਾਮੀ ਕਰਦੇ ਪ੍ਰੋਗਰਾਮ ਹੈ ਜਿਹੜਾ ਹੋ ਜਾਓ ਕੈਮ ਸ਼ਗਲ ਰੋਟੀ ਤੁਹਾਡੀ ਇੱਕ ਦਿਨ ਰੱਸਾ ਹੈਗਾ ਰੱਸਾ ਬੜਾ ਵਧੀਆ ਪਿਆ ਕੀ ਹਟਿਆ ਤਰੀਖ ਖਰਾਕ ਚ 38 ਘਬਰਾ ਦੇ ਮੁੰਡੇ ਨੇ ਮਾੜੀ ਮੋਟੀ ਗੱਲ ਹੈ ਮਾੜੀ ਮੋਟੀ ਗੱਲ ਕਿਤੇ ਹੈ ਮੈਂ ਉਦਾਂ ਪੈਂਦਾ ਕੱਪੜੇ ਚਾਹੀਦੇ ਮੈਂ ਚੱਲਿਆ ਦਿੰਦੇ ਮੈਂ ਕਿੰਨੀ ਕੱਪੜੇ 38 ਮੈਂ ਤੇਰਾ ਭੜਾ ਹੋਇਆ ਤੇਰਾ ਹੈ ਜੱਜੀ ਦੀ 36 ਕੁੜੀ ਹੈ ਵੀ ਹੈ 34 ਓਏ ਤੇਰੇ ਕਮਰ ਚ ਵਾਂ ਸਰਪੰਚ ਦੋ ਆਏ ਨੇ ਆ ਬੱਲੇ ਬੱਲੇ ਲਗੇ ਹੈ ਤੇਰਾ ਭੜਾ ਦੇ ਕਿੱਥੋਂ ਆਈਆਂ ਸਰਕਾਰਾਂ ਕਿੱਥੋਂ ਆਈਆਂ ਵਾ ਇੱਥੇ ਕੀ ਹੋ ਗਿਆ ਇੱਥੇ ਤਾਂ ਸਾਰਾ ਕੁਝ ਆ ਉਸੋ ਇੰਨੇ ਗਨਮੈਨ ਤੇਲ ਤੂ ਲਾਇਆ ਕਰੋ ਨਹੀਂ ਨਹੀਂ ਤੇਲ ਨੰਬਰ ਨਹੀਂ ਰੱਖਿਆ ਤੈਨੂੰ ਵੇਖ ਕੇ ਹੋ ਗਈ ਇਹਨਾਂ ਦਾ ਜ਼ੋਰ ਥੰਮਿਆ ਹੀ ਰਹਿੰਦਾ ਇਹਨਾਂ ਦਾ ਖਿਚਾਉਣਾ ਰੱਸਾ ਮੈਂ ਸ਼ਾਮੀ ਵੇਖੀ ਕੀ ਬਣਦਾ ਭਲਾ ਹੈ ਜਿਹੜਾ ਜ਼ੋਰ ਇਹਨਾਂ ਦਾ ਥੰਮਿਆ ਰਹਿੰਦਾ ਇਹਨਾਂ ਦਾ
ਬਾਬਾ ਸਪਲੈਂਡਰ ਤੇ ਆਪਾਂ ਕੱਲ ਬੁਲਟ ਲੈਣਾ ਵਾ ਅੰਮੀ ਡੀਲ ਡਨ ਹੋ ਗਈ ਬਾਬੇ ਨਾਲ ਠੀਕ ਆ ਬਾਬਾ ਜੀ ਓਕੇ ਲੰਨ ਦੇ ਚਾਬੀ ਲਗਾਈ ਤੇ ਬੁਲਟ ਨਹੀਂ ਪਿੰਡ ਜਾਣਾ ਯਾਰ ਉਹ ਤੂੰ ਇੱਥੇ ਲੈ ਗਿਆ ਕਰਨਾ ਠੀਕ ਹੈ ਨਾ ਇਹ ਸਪਲੈਂਡਰ ਵਾਲੀ ਹੈ ਕੁੜੀ ਇਹਦੇ ਤੇਲ ਪੋਇਆ ਜਾਵੇ ਦੋ ਦਿਨ ਹੋ ਗਏ ਬਹੁਤ ਧੁੱਕੀ ਮਿਲਦੀ ਇਹਦੀ ਕੱਲ ਤਵੀਆਂ ਪਾਈਆਂ ਸੀ ਤੇ ਅੱਜ ਫੇਰ ਟੋਚਰ ਪੈਣ ਦਾ ਹੈਗਾ ਸੀ ਪ੍ਰੋਗਰਾਮ ਦੇ ਪਰ ਟੋਚਰ ਕੈਂਸਲ ਕਰਕੇ ਅੱਜ ਰੱਸੇ ਵਾਲਾ ਕੰਮ ਕਰ ਲਿਆ ਸਰਪੰਚਾਂ ਹੋ ਜਾਓ ਤਗੜੇ ਸ਼ਾਮਾਂ ਨੂੰ ਜੀ ਹਾਂਜੀ ਹਾਂਜੀ ਰੁਪਈਏ 5000 ਦਾ ਨਾਮ ਜੇ ਵੇਖ ਲਓ ਤੁਸੀਂ ਕਿਉਂ ਬਾਬਾ ਮਾਲਾ ਮੰਨਿਆ ਬਾਵਾਂ ਨੂੰ ਤੇਲ ਬਾਵਣ ਖਵਾ ਬਦਾਮ ਜਿਹੜੇ ਵੇਖਣ ਚ ਲੱਗਦੇ ਉਹਦੇ ਅੰਦਰ ਜ਼ੋਰ ਕਿਸੇ ਦੇ ਕਿੰਨਾ ਉਹ ਨੀ ਪਤਾ ਉਹ ਤੇ ਰੱਸਾ ਖਿੱਚ ਕੇ ਪਤਾ ਲੱਗੂਗਾ ਨਾ ਪਿਛਲੀ ਵਾਰ ਜਦੋਂ ਰੱਸਾ ਖਿੱਚਿਆ ਜੱਜੀ ਲੱਗਦਾ ਮੇਰੇ ਤਗੜਾ ਉਹ ਜੱਜੀ ਤੂੰ ਹੈ ਗਿਆ ਬਾਅਦ ਚ ਮਤਰਾ ਕੰਮ ਜੂਸੋ ਜੂਸੀ ਹੋਇਆ ਬਈ ਤਾਂ ਸਰਪੰਚ ਹੋਣੀ ਅੱਜ ਸਰਵ ਕਰਨ ਡੇ ਬੱਲਾ ਬੱਲਾ ਸਰਪੰਚ ਲੈ ਆਇਓ ਪੈਪ ਜੀ ਫੜ ਕੇ ਯਾਰ ਮੜ ਗਈ ਸਾੜੀਆਂ ਦੇ ਮੁੱਸਾਂ ਲਿਬੜ ਜਾਣੀਆਂ ਤਾਂ ਮੁੱਸਾਂ ਲਿਬੜ ਜਾਣੀਆਂ ਚਲੋ ਚਲੋ ਖੁੱਡੇ 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 ਪੂਰਾ ਕਿੜੇ ਕਿੜੇ ਪੈਰ ਲਿਬੜਨਾ ਗੱਡੀ ਇਹ ਤਾਂ ਜੱਜੀ ਸਿਮ ਕੈਟਾਗਰੀ ਆ ਦੋਵੇਂ ਝੋਟੇ ਆ ਕਹਿੰਦੇ ਕਾਹਨੂੰ ਗੱਲਾਂ ਕਰਾਈ ਨੇ ਚਾਹ ਮਸਾਲਾ ਲੈਣੀ ਮੁੰਡੇ ਚੱਲ ਕੇ ਕਹਿੰਦੇ ਹੈ ਚਾਹ ਮਸਾਲਾ ਮੈਨੂੰ ਤਾਂ ਮਹਿੰਗਾ ਪਿਆ ਭੈਣ ਚੋ ਵੱਡੇ ਵੱਡੇ ਗਲਾਸ ਜੂਸ ਦੇ ਜਦੋਂ ਜਾਂਦੇ ਅੰਦਰ ਕੁੜੇ ਗੜਾਚ ਗੜਾਚ ਕਰਦੇ 1000 ਦਾ ਜਿਹੜਾ ਤੇਲ ਪਾਇਆ ਗੱਡੀ 'ਚ ਉਹ 2000 ਦਾ ਤੇਲ ਕੁੜੇ ਚਾਹ ਮਸਾਲਾ 3-4 ਹਜ਼ਾਰ 'ਚ ਪੈ ਗਿਆ ਹੈ ਤੇਲ ਕਦੀ ਟੈਂਕੀ ਹੋ ਗਈ ਆ 2000 ਨਾਲ 4000 'ਚ ਫੁੱਲ ਹੋ ਜਾਂਦੀ ਆ ਗੱਲ ਇਹ ਆ ਕਿ ਚਾਹ ਮਸਾਲਾ ਮੈਂ ਤਾਂ ਨੀ ਕਿਹਾ ਤਾਂ ਨਾਲੇ ਦਾ ਚਾਹ ਮਸਾਲੇ ਦਾ ਚਾਹ ਮਸਾਲਾ ਤਾਂ ਬਣਾ ਕੇ ਹਜੇ ਮੈਂ ਹੋਰ ਕੁਛ ਨੀ ਕਹਿਤਾ ਓਏ ਹੋਏ 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 ਜੇ ਮਾਸਾ ਕਦੇ ਗਾਂਹ ਜਾਂਦੇ ਤਾਂ ਮੈਨੂੰ ਕੈਫੇ 'ਚ ਲੈ ਜਾਣਾ ਇਹਨਾਂ ਨੇ ਓਹੋ ਚਿਕਨ ਓਹੋ ਗੁਆ ਮਾਮਾ ਬਸ ਉਧਰ ਸਵਾਰੀ ਡੇ ਪੈਂਦੇ ਭਾਵੇਂ ਤਿੰਨ ਹੈ ਜੇ ਹੁੰਦਾ ਸਰਪੰਚ ਤਾਂ ਲੈ ਬਹਿਣੇ ਮੋਟਰਸਲ ਵਾਲੇ ਪਰ ਮੈਂ ਬਿਸਕੁਟ ਲੈਣ ਨੀ ਜਾਂਦਾ ਵੀਰ ਬਿਸਕੁਟਾਂ ਦੇ ਫੇਰ ਮੈਨੂੰ ਮਹਿੰਗੇ ਪੈ ਜਾਣੇ ਆਹ ਫੜੋ ਮੋਟਰਸਲ ਦੂਜੀ ਦਾ ਪਿੰਡ ਬਿਸਕੁਟਾਂ ਦੇ ਪੈਸੇ ਫੜ ਲਿਓ ਦੋ ਜਣੇ ਜਾ ਕੇ ਭਾਈ ਚਲੋ ਮੋਪੜ ਲੈ ਜਾਓ ਤੇ ਫਰਸ਼ ਤੁਦਾਂ ਤੂੰ ਪਾਉਣ ਡੇ ਮਿਸਤਰੀ ਥੋੜੀ ਪਾਉਣ ਡੇ ਆ ਲੈ ਉਹ ਤਾਂ ਸਾਰਾ ਮਿੰਟ ਚਾਹ ਭੱਜ ਗਿਆ ਵਾ ਜਿਹਨੂੰ ਲੱਭਣ ਡਿਆ ਤੂੰ ਹੈ ਪਤਾ ਨੀ ਹੱਥ ਲਈ ਸਾਰੇ ਪੈਰ ਲਪੇੜ ਕੇ ਬਹਿ ਗਿਆ ਲੈ ਕੋਈ ਨੀ ਹੈ ਤੇਰਾ ਇਹ ਲੱਭਣ ਡਿਆ ਮਿੱਤਰ ਉਹ ਕੋਕੋ ਨੂੰ ਕੋਕੂ ਨੇ ਕਾਬੂ ਨੀ ਆਉਂਦਾ ਕੋਈ ਨੀ ਪੀ ਲਿਆ ਪਾਣੀ ਕੋਈ ਗੱਲ ਨੀ ਰੋਜ਼ ਉੱਠਾ ਕਰਦਾ ਬਾਲਟਾ ਤੂੰ ਲੈ ਪੀ ਲਾ ਪੀ ਲਾ ਕੋਕੋ ਪਿੱਛੇ ਭੱਜਣ ਡਿਆ ਤੇ ਕੋਕੋ ਹੁਣੀ ਫੜੇ ਨੀ ਜਾਂਦੇ ਪੈਂਥਰ ਹੁਣੀ ਸਾਹੁ ਸਾਈ ਹੋ ਗਏ ਆ ਬੁਰੇ ਹਾਲ ਹੋਏ ਪਏ ਆ ਤੇ ਕੋਕੋ ਲੋਜਣਾ ਜਾ ਗੰਦਾ ਬੜਾਓ ਹੈ ਆਹ ਲੁਕਦਾ ਨੀ ਅਮਤਾ ਵਾਲਾ ਇਹ ਜਦੋਂ ਪਿੰਜਰੇ 'ਚ ਸੀ ਨਾ ਤੇ ਇਹ ਲਾਗੂ ਦੰਦੀਆਂ ਬੜਾ ਬੜਾ ਲੰਘਦਾ ਤੁਹਾਨੂੰ ਹੁਣ ਓਏ ਓਏ ਉਧਰ ਨਹੀਂ ਲੁਕਦਾ ਫਿਰਦਾ ਉੱਥੇ ਫਿਰ ਲੁਕੇ ਉੱਧਰ ਵੀ ਹੈ
ਪ੍ਰਧਾਨ ਪੈਂਦਾ ਵਾ ਕਿ ਮੈਨੂੰ ਕਹਿ ਰਿਹਾ ਕਰ ਉਹ ਖੇਡਦਾ ਉਧਰੇ ਉਧਰੇ ਕੋਕੋ ਪੁੱਤ ਕੀ ਗੱਲ ਆ ਹੁਣ ਲੱਭਣਾ ਤੈਨੂੰ ਹੁਣ ਹੋ ਗਿਆ ਕਿ ਹੁਣ ਤੈਨੂੰ ਲੱਭਣਾ ਨਹੀਂ ਲੱਭਣਾ ਨਾ ਤੂੰ ਕਿਤੇ ਲੱਭ ਗਿਆ ਫੜਿਆ ਨੀ ਜਾਣਾ ਲੱਭਦਾ ਨੀ ਕਿੱਥੇ ਆ ਇੱਧਰ ਆਇਆ ਓਏ ਇੱਧਰ ਆਇਆ ਕਿੱਥੇ ਆ ਫਰਸ਼ ਖਰਾਬ ਕਰੀ ਜਾਣਾ ਸਾਰੀ ਕਿੱਥੇ ਆ ਗਿਆ ਇੱਧਰ ਆ ਫਰਸ਼ ਤੇ ਪੈਰ ਲਾ ਗਿਆ ਸਾਰੇ ਵਿਹਲਾ ਵਿਹਲਾ ਕੰਮ ਇਹਨਾਂ ਦੇ ਆ ਵਿਹਲਾ ਹੈਂ ਮਿੱਟੀ ਪਾਸੇ ਕਰਾਉਣੀ ਪੈਣੀ ਪਹਿਲਾਂ ਕਿੰਨਾ ਡੂੰਗਾ ਪਾਸੇ ਕਰਾ ਕੇ ਨਾ ਉਹਦੇ ਨਾਲ ਦਾ ਆਪਾਂ ਲਿਆਉਣਾ ਪੈਣਾ ਪੋਰਾ ਇਹਦੇ ਨਾਲ ਦਾ ਆ ਜਿਹੜਾ ਵਾ ਫਿਰ ਪੈ ਵਿੱਚ ਪਊਗਾ ਉੱਤੇ ਲਾ ਕੇ ਥੋੜੀ ਮੋਟਰ ਚੁੱਕਣੀ ਪੈਣੀ ਪਲਾਕੜ ਦਾ ਪੈਂ ਪਾ ਕੇ ਨਾ ਨਾਲ ਜਿਹੜੀ ਮਿੱਟੀ ਨਾ ਬੋਰ ਚ ਪਏ ਨੇ ਬੋਰ ਖਰਾਬ ਹੋ ਜਾਣਾ ਮੈਂ ਵੀ ਇੱਕ ਚੀਜ਼ ਹੋਰ ਸੋਚੀ ਵੇ ਜੇ ਆਪਾਂ ਜਦੋਂ ਤੱਕ ਮੋਟਰ ਚੱਲਦੀ ਜਿੱਥੇ ਥੋੜਾ ਪੂਲ ਪੂਲ ਟੈਪ ਬਣਾ ਦਈਏ ਚ ਬੱਚਾ ਤੇ ਬਣਿਆ ਹੀ ਆਪਣੇ ਹਿਸਾਬ ਦਾ ਥੋੜਾ ਵੱਡਾ ਕਰ ਦਈਏ ਵੱਡਾ ਕਰ ਦਈਏ ਤੇ ਮਤਲਬ ਕਿ ਤਰੀਕੇ ਨਾਲ ਬਣਾ ਦਈਏ ਮੈਂ ਇੱਕ ਚੀਜ਼ ਸੋਚੀ ਤੇ ਜਦੋਂ ਬਾਅਦ ਚ ਮੋਟਰ ਦਾ ਬੋਰ ਬਹਿ ਗਿਆ ਫਿਰ ਆਪਾਂ ਉਦੋਂ ਫੂਰ ਲਾਂਗੇ ਪੈਪ ਹੀ ਪੈਣਾ ਉਦਾਂ ਦੂਜੀ ਗੱਲ ਇਹ ਕਿ ਇੱਥੇ ਬਾਅਦ ਚ ਘਾ ਹੀ ਲਾਉਣਾ ਵਾ ਪੂਰ ਕੇ ਘਾ ਲਾ ਦਾਂਗੇ ਹਨਾ ਮੈਂ ਇਹ ਸੋਚਦਾ ਇਹ ਮਾਰਕੀਟ ਇੱਕ ਭਾਈ ਨੇ ਆਉਣਾ ਵਾ ਕਰਕੇ ਨਾ ਸਲਾਹ ਇਹਨੂੰ ਇੱਧਰ ਨੂੰ ਖੁੱਲਾ ਕਰ ਦਿੰਦੇ ਆ ਥੱਲੇ ਥੋੜਾ ਉੱਚਾ ਕਰ ਦਿੰਦੇ ਆ ਮੋਟਰ ਚੁੱਕ ਦਿੰਦੇ ਹਨਾ ਤੇ ਇੱਕ ਇੱਧਰ ਚੀਜ਼ ਤਾਂ ਖਾਵਾ ਆਵੇ ਮਿਸ ਇੱਧਰ ਦੇਖ ਕੀ ਪਿਆ ਭਲਾ ਇੱਥੇ ਦਿਖਣ ਡਿਆ ਹੀ ਨਹੀਂ ਦਿਖਣ ਡੀ ਵੇਖ ਲਾ ਜਮਾ ਹੀ ਉਸੇ ਰੰਗ ਦੀ ਪਤਾ ਲੱਗਣ ਡਿਆ ਮਾਸਾ ਨਹੀਂ ਜ਼ਰੀਲੀ ਤਾਂ ਨਹੀਂ ਹੋਈ ਮਾਰਿਓ ਨਾ ਪਰ ਭਰੇ ਦਾ ਨੀ ਪਤਾ ਕਿੱਦਾਂ ਦੀ ਕੀ ਹਿਸਾਬ ਨਹੀਂ ਮੈਂ ਕਿਹਾ ਉਹਨੂੰ ਮਿਸਤਰੀ ਨੂੰ ਮੈਂ ਕਿਹਾ ਬੰਦਾ ਇੱਕ ਦੋ ਦਿਹਾੜੀ ਦੇ ਨਾਲ ਲੈ ਕੇ ਜਿਹੜੀ ਸਫਾਈ ਪਿੱਛੇ ਨਾਲ ਨਾਲ ਹੋਈ ਜਾਵੇ ਇਹ ਸਾਲਾ ਛੇੜਦਾ ਹੁਣ ਜਦੋਂ ਆਪਾਂ ਪਿੰਜਰੇ ਚ ਨੀ ਪਾਇਆ ਉਹ ਬੜਾ ਅੰਤਰਾ ਕੁੜੀ ਆ ਉਹ ਪਤਾ ਕਿਉਂ ਉਹ ਕਿਉਂ ਖਿੱਚਦਾ ਵਾ ਉਹ ਕਿਉਂ ਖੇਡਦਾ ਜਦੋਂ ਇਹਨੂੰ ਪਿਆਰ ਕਰਦੇ ਨਾ ਜਿੱਦਾਂ ਮੈਂ ਇਹਨੂੰ ਪਿਆਰ ਕਰਨ ਡਿਆ ਉਦੋਂ ਖੇਡਦਾ ਕਿ ਇਹਨੂੰ ਪਿਆਰ ਕਰੋ ਮੈਨੂੰ ਕਰੋ ਕੀ ਹੈ ਸਾਨੂੰ ਤੇ ਦਿਨਾਂ ਦੇਖ ਪਿਆ ਵਾ ਆਪਣੇ ਗੱਡੀਆਂ ਨੀ ਹੁਣ ਕੰਮ ਖਰਾਬ ਹੋ ਜਾਣਾ ਜਨਾਨੀ ਸ਼ਾਹ ਵੱਲ ਵੇਹਦਾ ਕੋਈ ਨੀ ਜਿਦਾਂ ਹੁਣ ਇਹਦੀਆਂ ਵਾਲਾਂ ਵੱਲ ਨੀ ਆਪਾਂ ਵੇਹਦੇ ਤੇ ਘੜੀ ਬੁੜੀ ਫੁਰਕਦਾ ਵੀ 7000 ਲਾਇਆ ਵੇਹਦੇ ਨੀ ਆ ਉਹ ਬੈਠੇ ਵੀ ਲੈਣ ਚ ਰੋਟੀਆਂ ਖਾਣ ਲੱਗੇ ਕਤਾਰ ਦੀ ਕਤਾਰ ਹੀ ਬਹਿ ਜਾਓ ਵੀ ਮੇਰੀ ਸ਼ਾਹ ਵੇਖ ਲੈਣ ਉਹ ਕੰਮ ਵੇਹਦਾ ਈ ਨਹੀਂ ਕੋਈ ਨੀ ਹਜੇ ਤਾਂ ਪੈਸੇ ਵੀ ਕਿਸ਼ਤਾਂ ਦੇਣੇ ਆ EMI ਆਉਣ ਵਾਲੀ ਬੰਨੇ ਬਾਬਾ ਬਿਸਕੁਟ ਲਿਆ ਕਰੂਗਾ ਇਹੋ ਡੀਕਨ ਦੇ ਦੂਜੀਆਂ ਕਿਤੇ ਵਿੱਚ ਉਹ ਵੀ ਪਾਈ ਫਿਰਦੇ ਮੈਂ ਕੰਨ ਸਾਫ਼ ਕਰਨ ਵਾਲੀਆਂ ਵਿੱਚ ਹੀ ਇਹਨੇ ਤੇ ਕੰਨਾਂ ਚ ਕੀ ਵੜ ਜਾਂਦਾ ਪਤਾ ਨੀ ਕੰਮ ਲੱਗੀ ਹੈ
ਸਭ ਬੰਦੇ ਮਤਬਲੀ ਹੋ। ਕਿਉਂ ਕੀ ਗੱਲ ਹੈ ਜੀ? ਪਰਖ ਕੇ ਵੇਖ ਲਾ। ਉਹ ਤਾਂ ਮੈਂ ਪਰਖ ਲਿਆ, ਅਸੀਂ ਤਾਂ ਵੇਖੇ ਗੜਾ ਨੂੰ ਤਾਂ ਇਹ ਚੀਜ਼ ਲੱਗੀ ਗੱਡੀਆਂ ਦੇ ਯਾਰ ਹੀ ਸਾਰੇ। ਚੱਲ ਗੱਡੀਆਂ 'ਚ ਮਤਬਲੀ ਯਾਰ ਹੈਗੇ ਆ, ਗੱਡੀਆਂ 'ਚ ਵੇਚ ਵੀ ਲਈਏ ਤੇ ਫਿਰ ਕੀ ਗਿਆ, ਆਪਣੀਆਂ ਵੇਚੀਆਂ ਕੋਈ ਨਹੀਂ, ਇਹਦੀਆਂ ਹੁਣ ਵੇਚੀਆਂ ਲੈ ਲਾਂਗੇ ਫਿਰ ਆ ਜਾਣਗੀਆਂ। ਹਾਂ ਕਿੱਦਾਂ ਬਾਬਾ? ਬੰਦਾ ਬੜਾ ਵਧੀਆ ਹੁੰਦਾ ਬਾਬਾ, ਤੇ ਬੰਦਾ ਨਹੀਂ ਮਾੜਾ। ਆਪਾਂ ਨਹੀਂ ਸਤਾਦ ਕੋ ਕਦੀ ਭਜੇ ਵੇਲਾ ਨੇ, ਤੂੰ ਨਹੀਂ ਭਾਈ ਦਾੜਾ ਪੜਾ ਪੱਤੀ ਤੇ ਨਹੀਂ ਲਾਇਆ ਸੀ ਸਟਾਫ ਵਾਲਿਆਂ, ਉਹ ਭਜਾਉਂਦਾ ਸੀ ਉਹ ਨਾ, ਉਹ ਬੰਦ ਹੁੰਦੇ ਆ ਨਾ ਦੋ ਢਾਈ ਸਵਾ ਜਾਂਦਾ ਸੀ ਬੰਦੇ, ਉਹ ਭਜਾਉਂਦਾ ਸੀ ਬੰਦੇ ਨੇ ਭਾਈ ਦੇ ਆਪੇ ਖਾਣ ਦਾ ਚਾਹ ਪੀਣ ਦਾ ਦੁੱਧ ਪੀਣ ਦੇ ਬੰਦੇ ਭਾਈ ਦੇ, ਜਦੋਂ ਕੁੜੀ ਹੋਈ ਬੱਤੀ ਵਾਲੀ ਲਾਉਂਦੇ ਉਹ ਦੋ ਢਾਈ ਸੌ ਆਪੇ ਵੱਜ ਜਾਂਦਾ ਬਟਨ ਲੱਭਦੇ ਲੱਭਦੇ ਵੇਖਿਆ ਥੜ ਘੱਟ ਹੁੰਦੀ 100-200 ਨਾਲ ਚੱਲ ਜਾਂਦੇ, ਪੁਲਿਸ ਨੇ ਕਹਿੰਦੇ ਦੇ ਦੇਣਗੇ 500 ਤੇ ਉਹ ਆਹ ਦਿੰਦੇ ਚੀਕਾਂ ਮਾਰੀ ਜਾਈ ਅਸੀਂ ਸਹੀ ਮਾਰਾਂਗੇ, ਹੁਣ ਕੁੜੀ ਆਪਾਂ ਬੱਤੀ ਵਾਲਾ ਹੁਣ ਨਾ ਸਹੀ ਵੀ ਨੀ ਹੁੰਦਾ ਨਾ ਕੱਢ ਨੀ ਪੈਣੀ, ਪੁਲਿਸ ਨੇ ਸਾਡੇ ਵਾਸਤੇ ਨੀ ਭਰਾਵਾ ਇਹਦੇ ਬੱਤੀ ਤੇ ਆ ਸਰੀਰ ਬਾਪੂ ਨੇ ਕਿਹਨੂੰ ਚਲਣੀ ਉਹਨਾਂ ਨੇ ਪੁੱਠੇ ਕੰਮ ਨੀ ਕਰਨੇ, 7000 ਸਹੀ ਗੱਲ ਕਦੋਂ ਜਿੱਦਾਂ ਲੈ ਕੇ ਬੈਠਾ ਥੱਲੇ ਰੱਖੀਆਂ ਬਾਪੂ ਗੁਰੂਆ ਛੱਡਦੇ ਗੱਲ ਕੋਈ ਅੱਜ ਜੋ ਕੁੜੀ ਗੱਲ ਸੀ ਉਸ ਹਿਸਾਬ ਲੈ ਕੇ ਜੇਲ੍ਹ ਤੱਕ ਪਹੁੰਚਾਤੀ ਉਹ ਲਾ ਕੇ ਨਾ ਮੋਮ ਜਾਂ ਤੇਲ ਤੂਲ ਜਾ 3-4 ਤੱਕ ਲੈਂਦੇ ਆ ਜਾ ਕੇ ਲੈਟ ਜੁਣ ਖੇਲਦੇ ਰਹਿੰਦੇ ਸਾਰੇ, ਉਹ ਕੁੜੀ ਜੇ ਬਾਹਰ ਨਾ ਆਵੇ ਤਾਂ ਕੰਮ ਔਖਾ ਆ, ਉਹ ਆ ਜਾਂਦੀ ਉਹਨਾਂ ਹਿਸਾਬ ਬੜਾ ਲੈ ਉਹਦੇ ਹੀ ਕਿੱਦਾਂ ਉਹ ਤਾਂ ਉਹ ਹੁਣ ਇਹਦੇ ਚਿੱਤਰ ਸੁੱਕੇ ਮਾਰ ਵੀਰਦੇ ਕਿਹੜਾ ਬਣਨੀਆਂ ਉਹ ਫਿਰ ਪੈਰਾਂ ਨਾਲ ਮਿੱਟੀ ਡੋਦਾ ਪੈਰਾਂ ਨਾਲ ਪੂਰਾ ਤਿੜਿਆ ਮੈਂ ਨਾਲ ਮੇਰੇ ਮਾਲਕ ਆ, ਥੋੜਾ ਜਿਹਾ ਪਰਾਂ ਜਾਂਦੇ ਮੁੜ ਕੇ ਫਿਰ ਵਿਚਾਰਾ ਐ ਬਹਿ ਜਾਂਦਾ ਵੀ ਉਹ ਤੇ ਚੱਲ ਗਏ ਮਿੱਟੀ ਡਾਉਣੀ ਪੂਰਾ ਤਿੜਿਆਣਾ, ਜਦੋਂ ਆਪਾਂ ਥੋੜੇ ਪਰਾਂ ਹੋ ਗਏ ਨਾ ਵੇਖਿਆ ਇਹਨੇ ਸਹੀ ਜਾਲੂਆਂ ਦੇ ਬੂਟੇ ਤੋਂ ਲੱਗ ਜਾਣਾ, ਔਖਾ ਹੈ ਨਾ ਤੇਰਾ ਵੀ ਹੈ ਧਿਆਨ ਨਾ ਪੁੱਤ ਪਾਣੀ ਨਾ ਤੇਰਾ ਡੱਬਾ ਡੱਬੇ ਦੇ ਕੇਸ ਮਾਰਿਆ ਕਰ ਰੋਟੀਆਂ ਨੇ ਰੋਟੀਆਂ ਰਾਟੀਆਂ ਖਾਲੀਆਂ ਨੇ ਨੱਪਦੀ ਜੀ ਇਕੱਲੀ, ਉੱਧਰ ਸਰਪੰਚ ਨੇ ਫਿਰ ਲੜੀ ਜਾਂਦੇ ਵੇ ਰੋਟੀਆਂ ਖਾ ਕੇ ਤੇ ਵੇ ਫਿੱਟ ਲੜਦੀ ਇਹਨਾਂ ਨੂੰ, ਲੈ ਵੀ ਮਿੱਤਰਾ ਰਹਿ ਗਿਆ ਬਸ ਥੋੜ੍ਹਾ ਜਿਹਾ ਟਾਈਮ ਫਿਰ ਪਾਉਂਦੇ ਹਾਂ ਟੋਚਣਾ ਬੰਦਿਆਂ ਨਾਲ, ਬਾਹਰ ਸਲਾਹ ਬਣ ਗਈ ਅਤੇ ਅਸੀਂ ਸਾਰੇ ਬੈਠੇ ਇਹਨਾਂ ਦੱਸਿਆ ਅਤੇ ਮੈਂ ਮਿਸਤਰੀ ਸਾਰੇ ਜਿੰਨੇ ਮਾਂ ਦੂਣੀ ਇਕੱਠੇ ਹੋ ਗਏ ਅਸੀਂ ਉੱਧਰ ਘਰ ਵਾਲੇ ਪਾਸੇ ਫਰਸ਼ ਪੈਣ ਡਿਆ, ਅਤੇ ਉੱਥੇ ਸਲਾਹ ਬਣੀ ਗਈ ਅੱਜ ਸ਼ਾਮਾਂ ਨੂੰ ਜਦੋਂ ਮਿਸਤਰੀ ਵਿਹਲੇ ਹੋਣਾ ਵੀ ਸਾਰੇ ਜਦੋਂ ਆਪਾਂ ਸ਼ਾਮਾਂ ਨੂੰ ਵਿਹਲੇ ਹੋਣਾ ਅਤੇ ਫਿਰ ਆਪਾਂ ਉਹਨੂੰ ਇੰਗਲਿਸ਼ ਪਤਾ ਨਹੀਂ ਕੀ ਕਹਿੰਦੇ ਹੈ ਨਾ ਰੱਸੇ ਖਿੱਚਣ ਨੂੰ, ਹੈ ਨਾ ਪਿਛਲੀ ਵਾਰ ਕਮੈਂਟ ਆਏ ਵਲੋਗ ਦੇ ਵਿੱਚ, ਅਤੇ ਬਾਬਾ ਤੂੰ ਚੱਲ ਜਾਣਾ ਹੋਣਾ ਹੈ ਨਾ ਯਾਰ ਮਜ਼ਾ ਨਹੀਂ ਆਉਣਾ ਟੋਚਨ ਖਿੱਚਣ ਦਾ, ਅਤੇ ਆ ਜੀ ਹਾਂ 5:30 ਔਖਾ ਕਿੰਨੇ ਬੰਦੇ 1, 2, 3, 4 ਆਪਾਂ ਅਤੇ ਬਾਪੂ ਨੇ ਜਾ ਵੇਖਾਂਗੇ ਨਾ, ਮੈਂ ਨਹੀਂ ਖੇਡਣਾ
ਮੈਂ ਨਾ ਨਾ ਵੀਰ ਮੈਂ ਰੈਫਰੀ ਆ, ਤੁਸੀਂ ਖੇਡਣਾ ਵਾ, ਨਾਮ ਭੜਕਣਾ ਆ, ਨਾਮ ਆ ਪੂਰੀ ਨਾ 5,000 ਰੁਪਿਆ ਸੱਚੀ 5,000 ਰੁਪਿਆ ਵਾ ਜਿਹੜਾ ਜਿੱਤ ਗਿਆ ਟੀਮਾਂ ਦੋ ਬਣਾ ਲਈਆਂ ਆਪਾਂ, ਵੇਖੀ ਫਨ ਹੁੰਦਾ ਵੇਖਿਓ, ਨਾਲੇ ਜ਼ੋਰ ਵੱਲ ਲੱਗੂ ਇਹਨਾਂ ਦਾ ਕਿੰਨਾ ਗਿਆ ਨਹੀਂ ਯਾਰ ਬਾਬਾ ਯਾਰ ਤੂੰ ਆ ਜਾ ਫਿਰ ਤੇ ਗੱਲ ਹੀ ਵੱਖਰੀ ਹੋ ਜਾਣੀ ਸੀ ਬਾਬਾ ਤੂੰ ਆ ਜਾਏ। ਲੈ ਵੀ ਮਿੱਤਰਾ ਜਿੱਦਾਂ ਕਿ ਆਪਾਂ ਕਿੱਦਾਂ ਗੱਲ ਕਰਨ ਡੇ ਸੀ, ਰੱਸੇ ਵਾਲਾ ਮੈਚ ਹੋਣਾ ਸ਼ਾਮਾਂ ਨੂੰ, ਇਹ ਵੇਹਨੇ ਹੁਣ 5 ਰਾਊਂਡ ਖੇਡਣੇ ਕਿ 3 ਰਾਊਂਡ ਖੇਡਣੇ ਆ, ਨਾਮ ਹੋਊਗਾ ਪੂਰਾ 5,000 ਪੌਂਚ, 10 ਮਿੰਟਾਂ ਦਾ ਕੰਮ ਤੇ 5,000 ਇਹਨਾਂ ਦੇ ਪੱਲੇ। ਲੈ ਵੀ ਮਿੱਤਰਾ ਓਏ ਹੋਏ ਓਏ ਓ ਨਾ ਜ਼ੋਰ ਲਾਈ ਜਾ ਜੇ ਕਾਲੇ ਆ, ਫਿਰ 5,000 ਦੇ ਵਿੱਚ 500 ਰੁਪਏ ਤੇਰਾ ਆ ਜਾਣਾ, ਇੱਥੇ ਆ ਜਾਣਾ ਇੱਧਰ ਆ ਤੂੰ, ਨਾ ਨਾ ਜ਼ੋਰ ਨਾ ਮਾਰੋ ਐਵੇਂ, ਨਾ ਜ਼ੋਰ ਮਾਰੋ ਬੰਦੇ ਹੈਂ ਬੁੜੇ ਨੂੰ ਠੰਡ ਨਹੀਂ ਲੱਗਦੀ, ਕਮਰੇ 'ਚ ਬੜਾ ਕੁਝ ਦੇਖੋ ਬੜਾ ਕੁਝ ਇਹਨੇ ਨਿਆ ਦਿੱਤਾ ਇੱਥੇ ਕਾਹਨੂੰ ਫੜੇ ਜਾਂਦੇ ਕਿਹੜਾ ਤੇਡੀ ਭੈਣ ਨੂੰ, ਅੱਜ ਕੀਤਾ ਅੱਜ ਕੀਤਾ ਇੱਥੇ ਪਿਆ, ਮੈਨੂੰ ਕੀ ਪਤਾ ਕਿੱਥੋਂ ਆਇਆ, ਮੈਂ ਤਾਂ ਫੜ ਕੇ ਵੇਚਤਾ ਉਹ ਤਾਂ ਸੱਚੀ ਤੇਰੀ, ਮੈਂ ਜੱਜੀ ਨੂੰ ਕਿੱਦਾਂ ਲਾਉਣ ਡਿਆ ਬੂਟ, ਆ ਪ੍ਰਧਾਨ ਇੱਧਰ ਆ ਪੁੱਤ ਜਾ ਜਾ ਝੋਟਿਆ, ਆਇਓ ਯਾਰ ਮੈਂ ਚੱਲ ਪੁੱਤ ਵਿੱਚ, ਇਹ ਨਹੀਂ ਆਉਂਦਾ ਛੱਡਦੇ ਕੋਈ ਨੀ ਛੱਡਦੇ ਨੀ ਆਉਂਦਾ ਕੋਈ, ਚਲੋ ਚਲੋ ਮੇਰੀ ਜਾਨ ਚਲੋ, ਬੰਦੇ ਕਰੋ ਨਾ ਕਿਹੜੇ ਕਿਹੜੇ ਪੈਕੇਜ ਕਰਾਉਣੇ ਆ, ਨਾ 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 ਮੈਂ ਤਾਂ ਬਾਹਰ ਆ, ਮੈਂ ਤਾਂ ਰੈਫਰੀ ਆ, ਨਾ ਨਾ ਮੈਂ ਤਾਂ ਰੈਫਰੀ ਆ, ਬੋਲੀਵੀਰ ਨੂੰ ਫੜਾ ਦੇ ਭਾਈ ਮਿਸਤੇ ਤਾਂ ਨਹੀਂ ਲਾਓ ਲਾਓ ਫੋਨ, ਕਲੈਕ ਮਿੰਟ ਦੇ ਨਾ, ਨਹੀਂ 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 ਮੋਲੀ ਚੱਲ, ਨਹੀਂ ਨਹੀਂ ਤੁਸੀਂ ਫੋਨ ਫੜਾਓ ਮੈਨੂੰ, ਮੇਰੇ ਬਹੁਤ ਗਲੀਆਂ, ਬੰਦਾ ਕੋ ਰਹਿ ਦੇਗੇ ਅੰਦਰ ਵੇਖੋ, ਮੈਂ ਤਾਂ ਬੰਦੇ ਖਰੀਦੇ ਆਹੀ 100 ਹਾਏ ਬਾਪੂ ਤਾਂ ਹੀ ਇਹ ਕਹਿਣ ਡਿਆ ਸੀ, ਨਾ 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 ਬੰਦੇ ਬਰਾਬਰ ਦੇ ਕਰਨੇ ਬਾਪੂ, ਇਹਦਾ ਮਜ਼ਾ ਨਹੀਂ ਆਉਣਾ, ਇੱਕ ਪਾਸੇ ਬਾਪੂ ਇੱਕ ਪਾਸੇ ਆਪ ਆਪਣਾ ਵੀਰ ਹੋ ਜਾਂਦਾ ਹਨਾ, ਬਾਪੂ ਤੂੰ ਆਪਣੇ ਬੰਦੇ ਚੋਣ ਲੈ ਕੇ ਉਹ ਚੋਣ ਲੈਂਦਾ, ਨਾ ਤੂੰ ਤਾਂ ਤੂੰ ਬਾਪੂ ਆਹ ਗੱਲ ਗਲਤ ਆ, ਹਾਂ ਤੇ ਏਦਾਂ ਕਰਦੇ ਤੁਸੀਂ, ਤੁਸੀਂ ਬੰਦੇ ਚੋਣ ਆਪਣੇ ਦੇਖ ਲੋਗੇ ਕਿਹੜੇ, ਤੁਸੀਂ ਇਹੋ ਬੰਦੇ ਕਿੰਨੇ ਬੰਦੇ, 1, 2, 3, 4, 5 ਬੰਦੇ, 5 ਤੁਸੀਂ ਹੋ ਜਾਓ, ਚੱਲ ਸਰਪੰਚ ਮਾਮਾ 5 ਬੰਦੇ ਉੱਧਰ, 5 ਤੁਸੀਂ ਹੋ ਜਾਓ, ਚੱਲ ਕਿੰਨੇ, ਨਹੀਂ ਉਹ ਕੁਛ ਨੀ ਹੈਗਾ ਅੱਜ, ਮੈਂ ਕੱਲੇ ਧੂ ਲਿਆ ਤੂੰ ਪੀ ਲਈ ਯਾਰ, ਪ੍ਰਧਾਨ ਚੱਲ ਮਨਜ਼ੂਰ ਆ ਉਧਰ 5 ਤੁਸੀਂ 4 ਠੀਕ ਮਨਜ਼ੂਰ ਆ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, 3 ਰਾਊਂਡ ਖੇਡਣੇ ਕਿ 5 ਖੇਡਣੇ ਆ, 5 ਠੀਕ ਹੈ ਨਾ, 5 5 5 ਦਾ ਪਤਾ ਲੱਗਣਾ ਸੀ ਜ਼ੋਰ ਦਾ,
ਯਾਰ ਬੰਦੇ ਚੱਪਲ ਤੋਂ ਵੱਧ ਗਾੜੀ ਬੰਦ ਨਾ ਨਾ ਮੈਂ ਤੇ ਮੈਂ ਆਪਾਂ ਤੇ ਬਾਹਰ ਆ ਉਹ ਕਾਲਾ ਆ ਗਿਆ ਜਾ ਕਾਲ ਇਧਰ ਆ ਇਧਰ ਕਿਧਰ ਪੰਜ ਪੰਜ ਪੂਰੇ ਹੋਏ ਆ ਕਾਲ ਹਟਿਆ ਲਿਆ ਮਿਸਤਰੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਪਤਾ ਲੱਗ ਜਾ ਜ਼ੋਰਦਾਰ ਨਹੀਂ ਮਜ਼ਾਕ ਨਹੀਂ ਕਰਦਾ ਹੌਸਲਾ ਕਰੋ ਆਵੇ ਲਾਲ ਚੱਪਲ ਆਵੇ ਲਾਲ ਚੱਪਲ ਇੱਕ ਮਿੰਟ ਖਲੋ ਟਾਕੀ ਬੰਦ ਨੇ ਚੱਪਲ ਯਾਰ ਆਵੇ ਨਾ ਬਰਾਬਰ ਸਪੰਜਾ ਰੱਸਾ ਬਰਾਬਰ ਆ ਪਿੱਛੇ ਆ ਖਲਾਇਆ ਮੇਰੀ ਸੁਣੋ ਗੱਲ ਇੱਕ ਮਿੰਟ ਕਿੰਨੇ ਬੰਦੇ ਪੂਰੇ ਹੈਗੇ ਨਾ ਕਿੱਦਾਂ ਜਾਦੇ ਆ ਮੈਂ ਕਰੂ ਫਿਰ ਤੁਸੀਂ ਚੱਲ ਚੱਲ ਰੱਸਾ ਜੋੜ ਕੇ ਦੇ ਗਏ ਜਿੱਦਾਂ ਕੋਈ ਵੀ ਰੱਸਾ ਲੁੱਟ ਗਿਆ ਰੱਸੇ ਨਾਲ ਕੀ ਕਰੀਏ ਗੰਢ ਮਾਰੋ ਰੱਸਾ ਗਲਿਆ ਯਾਰ ਉਹ ਨਹੀਂ ਰੱਸਾ ਗੁੱਸੇ ਬਾਲੇ ਪੁੰਡ ਭਰਨੇ ਪਏ ਕਿੱਦਾਂ ਕਿੱਦਾਂ ਓਏ ਆਪਣਾ ਮੈਚ ਬਰਾਬਰ ਆ ਕੱਲ ਨਵਾਂ ਰੱਸਾ ਲਿਆਉਂਦੇ ਆ ਠੀਕ ਹੈ ਉਹ ਨਹੀਂ ਗੁਰਾ ਬੜਾ ਨੀ ਯਾਰ ਆਉਣਾ ਰੱਸਾ ਗਲਿਆ ਕੁੜੀ ਓਏ ਮੈਚ ਫਿਰ ਲੈ ਜਾਊ ਰੱਸਾ ਨਵਾਂ ਲਿਆ ਕੇ ਤੇਰੀ ਭੈਣ ਨੂੰ ਸਾਰਿਆ ਗਿੱਟੇ ਤੋਂ ਵੱਢੀ ਜਾਂਦਾ ਗੁਰੂਆ ਜ਼ਿਆਦੀ ਐਡਮ ਤਗੜੀ ਹੋਈ ਹੈ ਨਹੀਂ ਸਹੀ ਗੱਲ ਗੁਰੂ ਆਪਾਂ ਰੱਸਾ ਨਵਾਂ ਚਾਹੀਦਾ ਗੁਰੂਆ ਬੜਾ ਲਿਆ ਰੌਣਾ ਜੀ ਹਨਾ ਕੋਈ ਗੱਲ ਨੀ ਗੁਰੂਆ ਜ਼ੋਰ ਬੜਾ ਮਾਰਿਆ ਬੰਦਿਆਂ ਨੇ ਤੇ ਰੱਸੇ ਵਿਚਕਾਰੋ ਟੁੱਟਾ ਵਿਚਕਾਰੋ ਵੇਖ ਲੈ ਕਿਸੇ ਵੇਖੀ ਰੱਸੇ ਦੀ ਹਾਂ ਪਾਣੀ ਦੀ ਪਿਆਰ ਆ ਤਾਂ ਕਰਕੇ ਨਾ ਲਾਡੀ ਇਹ ਕੰਮ ਪੈਂਦੀ ਗਿਆ ਇਹ ਆਪਾਂ ਰੱਸਾ ਲਿਆ ਕੇ ਨਾ ਫਿਰ ਕੰਮ ਇਹ ਕਰਾਂਗੇ ਮੈਂ ਰੱਸਾ ਆਪਾਂ ਇਹੋ ਜਿਹੀ ਗੇਮਾਂ ਖੇਡਿਆ ਕਰਨੀਆਂ ਵਿੱਚ ਮਾਇਆ ਵੀ ਤੇ ਮਜ਼ਾ ਵੀ ਹਨਾ ਇਹ ਦੋਵੇਂ ਕੰਮ ਆਪਾਂ ਕਰਿਆ ਕਰਨੇ ਮੈਨੇ ਮੈਂ ਰੱਸਾ ਲੰਮਾ ਲਿਆ ਕਹਿਣਾ ਕਿੰਨੇ ਫੁੱਟ ਦਾ ਮਿਲੋ ਰੱਸਾ ਮਾਸਾ ਲੰਮਾ ਲਿਆ ਕੇ ਨਹੀਂ ਇਹ ਬੰਦੇ ਸਮੇਂ ਦੇਣੇ ਸੀਗੇ ਤੁਹਾਡੀ ਭੈਣ ਨੂੰ ਗੋਰੀ ਗੁਰੂਆ ਬੜਾ ਨਜ਼ਾਰਾ ਆਉਣਾ ਗੁਰੂਆ ਸੌ ਲੱਗੇ ਓਏ ਆਪਣਾ ਰੱਬ ਜੋ ਕਹੇ ਚੰਗਾ ਆਪਣਾ ਪੰਜ ਵੱਜ ਗਿਆ ਹਨਾ ਹਨਾ ਹਾਂ
ਬਾਬੇ ਨਾਲ ਦੀ ਕਿਰਪਾ ਸੀ, ਜੇ ਨਾ ਖਿੱਚ ਕੇ ਖੜਦੇ ਤਾਂ ਮੈਨੂੰ ਮੰਨੋ ਖਿੱਚ ਦੇਣਾ ਸੀ ਨਹੀਂ ਖਿੱਚੇ ਨਹੀਂ ਜਾਣਾ ਮਾਰਿਆ ਸੀ ਝਟਕਾ ਝਟਕਾ ਵੱਜਣਾ ਸੀ ਬੰਦੇ ਖਿੱਚੇ ਉਹ ਨਹੀਂ ਡਿੱਗ ਗਿਆ ਸੀ ਦੋ ਚਾਰਾਂ ਮੈਂ ਪਤਾ ਡਿੱਗ ਗਿਆ ਪੈਰ ਅੜਾ ਦੋ ਤੇ ਡਿੱਗੇ ਉਹ ਵੀ ਪਰ ਤੁਸੀਂ ਜਾ ਰਹੇ ਨਹੀਂ ਇਹ ਜ਼ਿਆਦਾ ਡਿੱਗੇ ਆ ਨਹੀਂ ਨਹੀਂ ਡਿੱਗੇ ਜ਼ੋਰ ਤੇ ਬਰਾਬਰ ਦਾ ਡਿੱਗੇ ਅਸੀਂ ਵੀ ਜ਼ਿਆਦਾ ਡਿੱਗੇ ਆ ਬੰਦਾ ਨਾ ਜੱਕੋ ਹੀ ਜਾਣ ਵਾਲਾ ਬਾਕੀ ਉਦਾਂ ਹੀ ਇਹ ਲੱਗ ਜੂ ਪਤਾ ਕੋਈ ਨਹੀਂ ਇੱਧਰ ਮੈਂ ਕਿਹੜਾ ਜਿੱਤ ਗਿਆ ਮਿਹਨਤ ਮੁਹਨਤ ਲਾਓ ਤੁਸੀਂ ਕੋਈ ਨੀ ਨਹੀਂ ਰੱਸੇ ਵਾਲੀ ਵੱਖਰੀ ਹੈ ਨਾ ਮਿਹਨਤ ਤੇ ਬੜੀ ਲਾਉਂਦੇ ਤੁਸੀਂ ਮੇਰਾ ਨਵਾਂ ਗੀਰਾ ਠੇਕੇਦਾਰ ਸਾਰਿਆਂ ਤੁਰ ਕੇ ਫਿਰ ਜਾਂਦਾ ਹੀ ਹੈ ਗੱਲ ਕੀ ਹੋਈ ਤੇ ਪੁੱਤ ਬੇਦੀ ਬਾਹਰੋਂ ਵੀ ਫੇਰਨੀ ਬਾਪੂ ਦੇ ਤੇਰੇ ਘਰੋਂ ਗਿਆ ਨਾਲ ਤੇਰੇ ਕਿੰਨੀ ਬਾਪੂ ਘਰੇ ਗਿਆ ਨਾਲ ਚੰਡੀਗੜ੍ਹ ਚੱਲੇ ਸਰਪੰਚ ਲਾਵੇ ਝੋਟੇ ਨੂੰ ਅੰਦਰ ਚੱਲੀਏ ਬੰਨੇ ਆਪਾਂ ਕੈਬ ਆ ਗਈ ਨੀ ਆਪਣੀ ਜਿਨਾਲੇ ਉਹ ਫੋਨ ਕਰਨ ਲੈ ਵੀ ਯਾਰ ਨਹੀਂ ਚੱਲੇ ਅੱਜ ਕੈਬ ਤੇ ਚੰਗਾ ਬਾਬੂ ਚੰਗਾ ਪਰ ਚੱਲੇ ਚੰਗਾ ਵੀ ਮਿੱਤਰੋ ਪਹੁੰਚ ਗਈ ਯਾਰ ਨਹੀਂ ਫਲੈਟ ਅਤੇ ਅੱਜ ਯਾਰ ਨਹੀਂ ਨਾ ਕੈਬੋ ਕੈਬੀ ਹੋਇਆ ਜੇ ਕੰਮ ਹੈ ਪਰ ਮੈਂ ਇੱਕ ਚੀਜ਼ ਸੋਚੀ ਅੱਜ ਜਦੋਂ ਅਸੀਂ ਪਿੰਡੋਂ ਤੁਰਨ ਲੱਗੇ ਅਤੇ ਮੈਂ ਜਦੋਂ ਇਹਨਾਂ ਨੂੰ ਸਾਰੇ ਬੈਠੇ ਤਾਂ ਅਤੇ ਮੈਂ ਚੰਡੀਗੜ੍ਹ ਜਾਣਾ ਮੈਨੂੰ ਕੰਮ ਆ ਕਹਿੰਦੇ ਕਦ 'ਤੇ ਜਾਣਾ ਮੈਂ ਕਿਹਾ ਕੈਬ ਕਰਾਉਣੀ ਅਤੇ ਇਹਨਾਂ ਦੇ ਮੂੰਹ ਵੇਖਣ ਵਾਲੇ ਬੰਦੇ ਸਾਡਿਆਂ ਦੇ ਕਹਿੰਦੇ ਯਾਰ ਨਹੀਂ ਨਹੀਂ ਕਰਦੇ ਕਰਦੇ ਫਿਰ ਬੰਦੇ ਨੇ ਨਾਲ ਹੀ ਲੈ ਆ ਮੈਂ ਹੈ ਨਾ ਅਤੇ ਬਾਕੀ ਆਹ ਜਿਹੜੇ ਜੋ ਦਿਨ ਚੱਲਣ ਦੇ ਚਲੋ ਵਧੀਆ ਮੈਂ ਨਹੀਂ ਕਿਸੇ ਵੀ ਦਿਨ ਨੂੰ ਮਾੜਾ ਕਹਿੰਦਾ ਰੱਬ ਨੇ ਬੜੀਆਂ ਮੇਰਾ ਰਹਿਮਤਾਂ ਜੇ ਵੀ ਮੈਂ ਉਹ ਚੀਜ਼ ਮੰਨਦਾ ਪਰ ਅੰਤਿਮ ਦਿਨ ਕੋਈ ਵੀ ਟਾਈਮ ਬੰਦੇ 'ਤੇ ਆਉਂਦਾ ਚੰਗਾ ਮਾੜਾ ਉਹ 'ਚ ਨਾਲ ਦੇ ਲੋਕਾਂ ਦੀ ਕਾਤ ਪਤਾ ਲੱਗਦੀ ਉਹਨਾਂ ਲੋਕਾਂ ਦੀ ਜਿਹੜੇ ਸਿਰਫ ਆਪਣੇ ਨਾਲ ਮਤਲਬ ਨੂੰ ਵਰਤਦੇ ਆ ਜਿਹੜੇ ਬੇਮਤਲਬ ਦੇ ਹੁੰਦੇ ਨਾ ਜਿਹੜੇ ਵਿਚਾਰੇ ਆਪਣੇ ਨਾਲ ਬਸ ਵੈਸੇ ਚਾਅ ਨਾਲ ਰਹਿੰਦੇ ਆ ਉਹ ਆਪਣੇ ਨਾਲ ਹੀ ਰਹਿਣਗੇ ਬਾਕੀ ਇੱਕ ਕਰਕੇ ਮਤਲਬ ਕੱਢ ਕੇ ਜਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੋਂ ਮੇਰਾ ਮਤਲਬ ਨਹੀਂ ਨਿਕਲਣ ਡਿਆ ਹੌਲੀ ਹੌਲੀ ਪਿੱਛੇ ਹੈ ਨਾ ਅਤੇ ਸੋ ਰੱਬ ਦਾ ਮੈਂ ਤਾਂ ਸ਼ੁਕਰਾਨਾ ਕਰਦਾ ਕਿ ਮੈਨੂੰ ਇਹ ਚੀਜ਼ਾਂ ਮੇਰੀ ਜ਼ਿੰਦਗੀ 'ਚ ਹੁੰਦੀਆਂ ਰਹਿੰਦੀਆਂ ਅਤੇ ਮੈਨੂੰ ਬੰਦਿਆਂ ਦੀ ਕਾਤ ਪਤਾ ਲੱਗਦੀ ਰਹਿੰਦੀ ਆ ਹੈ ਨਾ ਅਤੇ ਬਾਕੀ ਮੇਰੀ ਜਾਣ ਮਿਲਦੇ ਆ ਨਵੇਂ ਵਲੋਗ ਦੇ ਨਾਲ ਅਤੇ ਇੱਕ ਦੋ ਕੰਮ ਕਰਨੇ ਕਰਕੇ ਆਪਾਂ ਫਿਰ ਪਿੰਡ ਨਿਕਲ ਜਾਣਾ ਇੱਦਾਂ ਹੀ ਹੈ ਨਾ ਅਤੇ ਫਿਰ ਵਲੋਗ ਤੁਹਾਨੂੰ ਪਿੰਡ ਵਾਲੇ ਵਿਖਾਵਾਂਗੇ ਅਤੇ ਕੱਲ੍ਹ ਇੱਕ ਅੱਧਾ ਵਲੋਗ ਜੇ ਇੱਥੇ ਮਨਿੰਦਰ ਆ ਗਿਆ ਹੈ ਨਾ ਗੱਡੀ ਕੋਲ ਹੈ ਨਹੀਂ ਅਤੇ ਇਹਦੇ ਕੋਈ ਅਤੇ ਜੇ ਮਨਿੰਦਰ ਆ ਗਿਆ ਤਾਂ ਫਿਰ ਮਨਿੰਦਰ ਦੇ ਨਾਲ ਤੁਰਾਂ ਫਿਰਾਂਗੇ ਫਿਰ ਵਲੋਗ ਕੱਢ ਲਾਂਗੇ ਘੰਟੇ ਜਾ ਜੇ ਨਿਕਲ ਆਇਆ ਇੱਥੋਂ ਠੀਕ ਹੈ ਮੇਰੀ ਜਾਣ ਮਿਲਦੇ ਹਾਂ ਕੱਲ੍ਹ ਬਾਕੀ ਸਨੈਪਚੈਟ ਇੰਸਟਾਗ੍ਰਾਮ 'ਤੇ ਗੇੜਾ ਮਾਰ ਰਹੇ ਹੋ ਇੰਸਟਾਗ੍ਰਾਮ 'ਤੇ ਆਪਾਂ ਹਾਸੇ ਵਾਲੀਆਂ ਫਨੀ ਵੀਡੀਓ ਕੰਟੈਂਟ ਉਹ ਸ਼ੁਰੂ ਕੀਤਾ ਹਨ ਅਤੇ ਸਨੈਪਚੈਟ 'ਤੇ ਕੁਛ ਨਾ ਕੁਛ ਪਾਉਂਦੇ ਰਹੀਦਾ ਕੁਛ ਨਾ ਕੁਛ ਵੀ ਬਹੁਤ ਕੁਛ ਹੀ ਪਾਉਂਦੇ ਰਹੀਦਾ ਸਟੋਰੀਆਂ ਬਹੁਤ ਮਤਲਬ ਕਿ ਹਨੇਰੀ ਠਾਲ ਕੱਢੀ ਦੀ ਉੱਧਰ ਅਤੇ ਉੱਧਰ ਵੀ ਗੇੜਾ ਛੇੜਾ ਮਾਰਿਆ ਕਰੋ ਅਤੇ ਮਿਲਦੇ ਹਾਂ ਮੇਰੀ ਜਾਣ ਨਵੇਂ ਵਲੌਗ ਦੇ ਨਾਲ।